ਆਹੀ ਸੁਖਬੀਰ ਬਾਦਲ ਹੈ ਜਿਹੜਾ ਕਹਿੰਦਾ ਸੀ ਰਾਜ ਕਰਾਂਗੇ 25 ਸਾਲ, ਹੁਣ 25 ਬੰਦੇ ਨਹੀਂ ਮਿਲਦੇ ਉਹਨੂੰ ਵੀ ਗੱਡੀ 'ਚ ਬਹਿ ਜਾਣ 25, ਵੀ ਪਿੱਛੇ ਗੱਡੀਆਂ ਲਾ ਲਓ ਯਾਰ, 25 ਕਹਿ ਗਏ ਨਾ, 25 ਹੈ ਨਹੀਂ। ਇਹ ਪਬਲਿਕ ਹੈ ਬਈ, ਲੋਕ ਨੇ, ਤੁਸੀਂ ਗੁਰੂ ਨਾਲ ਧੋਖਾ ਕੀਤਾ, ਲੋਕਾਂ ਨੇ ਤੁਹਾਨੂੰ ਸਜ਼ਾ ਦਿੱਤੀ। ਤੁਸੀਂ ਕੀ ਸਮਝਣ ਲੱਗ ਗਏ? ਰੱਬ ਸਮਝ ਗਿਆ ਆਪਣੇ ਆਪ ਨੂੰ ਕਿ ਲੋਕਾਂ ਨੂੰ ਭੇਟਾ ਬੱਕਰੀਆਂ ਸਮਝ ਲਿਆ ਕਿ ਜਿੱਧਰ ਮਰਜ਼ੀ ਹੱਕ ਲਓ, 5 ਸਾਲਾਂ ਬਾਅਦ ਇੱਧਰ ਨੂੰ ਹੱਕ ਲਓ, ਇੱਧਰ ਨੂੰ ਹੱਕ ਲਓ। ਜਦੋਂ ਲੋਕਾਂ ਨੂੰ ਪਤਾ ਲੱਗ ਗਿਆ, ਲੋਕਾਂ ਨੇ ਕਰਤਾ ਕੰਮ, ਮੈਨੂੰ ਹੀ ਗਾਲਾਂ ਕੱਢੀ ਜਾਂਦੇ, ਮੈਂ ਥੋੜ੍ਹੀ ਕੀਤਾ ਕੰਮ, ਮੇਰਾ ਤਾਂ ਨਾਂ ਲੱਗਦਾ। ਇਹ ਹਰ ਗੱਲ ਜਿਹੜੀ ਚੀਜ਼ ਮਸ਼ਹੂਰ ਹੁੰਦੀ ਹੈ ਉਧਰਲੇ ਪਾਸੇ ਨੂੰ ਹੋ ਜਾਂਦੇ ਨੇ। ਹੁਣ ਕਿਸਾਨਾਂ ਦਾ ਅੰਦੋਲਨ ਹੋਇਆ ਦਿੱਲੀ, ਤੁਸੀਂ ਵੀ ਬਹੁਤ ਸਾਰੇ ਗਏ ਹੋਵੋਗੇ, ਹਰੇਕ ਗਿਆ ਉਹ 'ਚ। ਤਾਂ ਸੁਖਬੀਰ ਬਾਦਲ ਕਹਿੰਦਾ ਮੈਂ ਵੀ ਕਿਸਾਨ ਹਾਂ। ਮੈਂ ਕਿਹਾ ਤੂੰ ਕਿਹੜੇ ਪਾਸਿਓ ਕਿਸਾਨ ਹੈ ਯਾਰ? ਹੁਣ ਕਿਸਾਨਾਂ ਦੀ ਚੜ੍ਹਾਈ ਹੋ ਗਈ ਸੀ, ਤਾਂ ਕਹਿੰਦਾ ਮੈਂ ਵੀ ਕਿਸਾਨ ਹਾਂ। ਉਹ ਕਿਹੜੇ ਕਿਸਾਨ ਹੋ? ਉਹ ਤੁਹਾਡੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ, ਵਿੱਚ ਕੋਈ ਮੋਗਾ ਹੈ ਨਹੀਂ, ਨਹਿਰ ਹੀ ਮੁੱਕਦੀ ਹੈ ਘਰੇ ਖੇਤਾਂ 'ਚ, ਤੁਸੀਂ ਕਾਹਦੇ ਕਿਸਾਨ ਹੋ? ਜੇ ਚੰਗੇ ਹੁੰਦੇ, ਜੇ ਕਿਸੇ ਚੱਜ ਹਾਲ ਦੇ ਹੁੰਦੇ, ਸਾਨੂੰ ਕੀ ਲੋੜ ਸੀ ਬਈ ਰਾਜਨੀਤੀ 'ਚ ਆਉਣ ਦੀ? ਮੈਂ ਤਾਂ ਚੰਗਾ ਭਲਾ ਬਹੁਤ ਮਸ਼ਹੂਰ ਕਲਾਕਾਰ ਸੀ, ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਉੱਧਰੋਂ ਫੇਲ ਹੋ ਗਿਆ ਇੱਧਰ ਆ ਗਿਆ? ਕੇਜਰੀਵਾਲ ਅਫਸਰ ਸੀ, ਮਨੀਸ਼ ਸਿਸੋਦੀਆ ਪੱਤਰਕਾਰ ਸੀ ਬਹੁਤ ਵੱਡਾ, ਕੋਈ ਡਾਕਟਰ ਸੀ, ਕੋਈ ਵਕੀਲ ਸੀ, ਸਾਨੂੰ ਆਉਣ ਦੀ ਕੀ ਲੋੜ ਸੀ ਇੱਧਰ? ਜੇ ਚੱਜ ਹਾਲ ਦੇ ਹੁੰਦੇ, ਸਾਨੂੰ ਮੱਥਾ ਮਾਰਨ ਦੀ ਕੀ ਲੋੜ ਸੀ ਇਹਨਾਂ ਨਾਲ ਜੇ ਚੱਜ ਹਾਲ ਦੇ ਹੁੰਦੇ? ਪਰ ਇਹ ਸਮਝਦੇ ਕੱਖ ਨਹੀਂ ਸੀ ਕਿਸੇ ਨੂੰ। ਆਹੀ ਸੁਖਬੀਰ ਬਾਦਲ ਹੈ ਜਿਹੜਾ ਕਹਿੰਦਾ ਸੀ ਰਾਜ ਕਰਾਂਗੇ 25 ਸਾਲ, ਹੁਣ 25 ਬੰਦੇ ਨਹੀਂ ਮਿਲਦੇ ਉਹਨੂੰ ਵੀ ਗੱਡੀ 'ਚ ਬਹਿ ਜਾਣ 25, ਵੀ ਪਿੱਛੇ ਗੱਡੀਆਂ ਲਾ ਲਓ ਯਾਰ, 25 ਕਹਿ ਗਏ ਨਾ, 25 ਹੈ ਨਹੀਂ। ਇਹ ਪਬਲਿਕ ਹੈ ਬਈ, ਲੋਕ ਨੇ, ਤੁਸੀਂ ਗੁਰੂ ਨਾਲ ਧੋਖਾ ਕੀਤਾ, ਲੋਕਾਂ ਨੇ ਤੁਹਾਨੂੰ ਸਜ਼ਾ ਦਿੱਤੀ। ਤੁਸੀਂ ਕੀ ਸਮਝਣ ਲੱਗ ਗਏ? ਰੱਬ ਸਮਝ ਗਿਆ ਆਪਣੇ ਆਪ ਨੂੰ ਕਿ ਲੋਕਾਂ ਨੂੰ ਭੇਟਾ ਬੱਕਰੀਆਂ ਸਮਝ ਲਿਆ ਕਿ ਜਿੱਧਰ ਮਰਜ਼ੀ ਹੱਕ ਲਓ, 5 ਸਾਲਾਂ ਬਾਅਦ ਇੱਧਰ ਨੂੰ ਹੱਕ ਲਓ, ਇੱਧਰ ਨੂੰ ਹੱਕ ਲਓ। ਜਦੋਂ ਲੋਕਾਂ ਨੂੰ ਪਤਾ ਲੱਗ ਗਿਆ, ਲੋਕਾਂ ਨੇ ਕਰਤਾ ਕੰਮ, ਮੈਨੂੰ ਹੀ ਗਾਲਾਂ ਕੱਢੀ ਜਾਂਦੇ, ਮੈਂ ਥੋੜ੍ਹੀ ਕੀਤਾ ਕੰਮ, ਮੇਰਾ ਤਾਂ ਨਾਂ ਲੱਗਦਾ। ਇਹ ਹਰ ਗੱਲ ਜਿਹੜੀ ਚੀਜ਼ ਮਸ਼ਹੂਰ ਹੁੰਦੀ ਹੈ ਉਧਰਲੇ ਪਾਸੇ ਨੂੰ ਹੋ ਜਾਂਦੇ ਨੇ। ਹੁਣ ਕਿਸਾਨਾਂ ਦਾ ਅੰਦੋਲਨ ਹੋਇਆ ਦਿੱਲੀ, ਤੁਸੀਂ ਵੀ ਬਹੁਤ ਸਾਰੇ ਗਏ ਹੋਵੋਗੇ, ਹਰੇਕ ਗਿਆ ਉਹ 'ਚ। ਤਾਂ ਸੁਖਬੀਰ ਬਾਦਲ ਕਹਿੰਦਾ ਮੈਂ ਵੀ ਕਿਸਾਨ ਹਾਂ। ਮੈਂ ਕਿਹਾ ਤੂੰ ਕਿਹੜੇ ਪਾਸਿਓ ਕਿਸਾਨ ਹੈ ਯਾਰ? ਹੁਣ ਕਿਸਾਨਾਂ ਦੀ ਚੜ੍ਹਾਈ ਹੋ ਗਈ ਸੀ, ਤਾਂ ਕਹਿੰਦਾ ਮੈਂ ਵੀ ਕਿਸਾਨ ਹਾਂ, ਇਸ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮੈਂ ਸਮਝਦਾ, ਮੈਂ ਕਿਸਾਨ ਹਾਂ। ਮੈਂ ਕਿਹਾ ਤੂੰ ਕਿਹੜੇ ਪਾਸਿਓ ਕਿਸਾਨ ਹੈ? ਉਹ ਗੱਲ ਹੋ ਗਈ, ਡਾਕੂਆਂ ਨੇ ਇੱਕ ਬੱਸ ਘੇਰ ਲਈ, ਬੱਸ ਘੇਰ ਲਈ, ਸਾਰੀ ਬੱਸ ਲੁੱਟ ਕੇ ਸਵਾਰੀਆਂ ਥੱਲੇ ਲਾਈਨ 'ਚ ਖੜਾ ਲਈਆਂ। ਡਾਕੂਆਂ ਦਾ ਸਰਦਾਰ ਕਹਿੰਦਾ ਇਕੱਲੇ ਇਕੱਲੇ ਦਾ ਨਾਂ ਪੁੱਛ ਕੇ ਗੋਲੀ ਮਾਰੀ ਜਾਓ। ਪਹਿਲੇ ਨੂੰ ਪੁੱਛਿਆ ਕੀ ਨਾਮ ਹੈ, ਉਹ ਕਹਿੰਦਾ ਰਕੇਸ਼ ਕੁਮਾਰ, ਥੜਾਕ ਗੋਲੀ ਮਾਰਤੀ। ਦੂਜੇ ਨੂੰ ਪੁੱਛਿਆ ਤੇਰਾ ਕੀ ਨਾਮ ਹੈ, ਉਹ ਕਹਿੰਦਾ ਪ੍ਰਦੀਪ ਸਿੰਘ, ਥੜਾਕ ਗੋਲੀ ਮਾਰਤੀ। ਤੀਜੀ ਕੋਈ ਮਾਂ ਖੜੀ ਸੀ, ਮਾਈ ਖੜੀ ਸੀ, ਹਾਂ ਮਾਤਾ ਕੀ ਨਾਮ ਹੈ, ਉਹ ਕਹਿੰਦੀ ਪੁੱਤ ਪੁਸ਼ਪਾ ਦੇਵੀ। ਡਾਕੂਆਂ ਸਰਦਾਰ ਕਹਿੰਦਾ ਨਹੀਂ ਰੁਕੋ, ਗੋਲੀ ਨਹੀਂ ਮਾਰਨੀ, ਮੇਰੀ ਮਾਂ ਦਾ ਨਾਂ ਵੀ ਪੁਸ਼ਪਾ ਸੀ, ਬੜਾ ਪਿਆਰ ਕਰਦੀ ਸੀ ਮੈਨੂੰ, ਅੱਜ ਇਹ ਨਾਮ ਸੁਣ ਕੇ ਮੇਰੇ ਮਮਤਾ ਜਾਗ ਪਈ,
ਛੱਡ ਦਿਓ। ਉਦੋਂ ਅੱਗੇ ਸੁਖਬੀਰ ਬਾਦਲ ਵਰਗਾ ਖੜਾ ਸੀ, ਉਹਨੂੰ ਕਹਿੰਦਾ ਕੀ ਨਾਮ ਹੈ? ਕਹਿੰਦਾ ਜੀ ਊਂ ਤਾਂ ਨਾਂ ਗੁਰਦੇਵ ਸਿੰਘ ਆ, ਪਿੰਡ 'ਚ ਮੈਨੂੰ ਪੁਸ਼ਪਾ ਪੁਸ਼ਪਾ ਹੀ ਕਹਿੰਦੇ ਆ। ਉਹ ਡਾਕੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ, ਮੇਰੀ ਮਾਂ ਦਾ ਨਾਂ ਬਦਨਾਮ ਕਰਦਾ ਹੈ। ਉਹ ਗੱਲ ਇਹਨਾਂ ਦੀ ਹੁਣ ਵੀ ਮੈਨੂੰ ਹੁਣ ਕਿਸਾਨ ਕਿਸਾਨ ਹੀ ਕਹਿੰਦੇ ਆ ਜੀ, ਅਸੀਂ ਹੁਣ ਕਿਸਾਨ ਕਿਸਾਨ ਹੀ ਹਾਂ। ਉਹ ਕਿਹੜੇ ਕਿਸਾਨ ਹੋ? ਉਹ ਤੁਹਾਡੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ, ਵਿੱਚ ਕੋਈ ਮੋਗਾ ਹੈ ਨਹੀਂ, ਨਹਿਰ ਹੀ ਮੁੱਕਦੀ ਹੈ ਘਰੇ ਖੇਤਾਂ 'ਚ। ਤੁਸੀਂ ਕਦੇ ਕਿਸਾਨ ਹੋ? ਤੁਸੀਂ ਕਦੇ ਗਰੀਬੀ ਦੇਖੀ ਹੋਵੇ? ਤੁਸੀਂ ਕਦੇ ਖੇਤੀ ਕੀਤੀ ਹੋਵੇ ਤਾਂ ਪਤਾ ਲੱਗੇ ਨਾ। ਕਦੇ ਚਰੀ ਦੇ ਕੜਬ ਦੇ ਟਾਂਡੇ ਕੁਤਰੇ ਹੋਣ ਹੱਥਾਂ ਨਾਲ ਮਸ਼ੀਨ 'ਤੇ ਤਾਂ ਪਤਾ ਲੱਗੇ ਨਾ। ਕਦੇ ਇੱਕ ਬਲਦ ਵਾਲਾ ਰੇੜਾ ਲੈ ਕੇ ਪੱਠੇ ਲੈ ਕੇ ਆਏ ਹੋਣ ਤਾਂ ਪਤਾ ਲੱਗੇ ਨਾ। ਕਦੇ ਸੌਣ ਦੀਆਂ ਝੜੀਆਂ 'ਚ ਡੰਗਰਾਂ ਵਾਲੇ ਬਾੜੇ 'ਚ ਸੁੱਕ ਵਿਛਾਈ ਹੋਵੇ, ਮੱਝਾਂ ਗਾਵਾਂ ਦੇ ਥੱਲੇ, ਫਿਰ ਪਤਾ ਲੱਗੇ ਨਾ। ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ, ਨਾ ਪੰਜਾਬੀ ਬੋਲਣੀ ਆਉਂਦੀ ਹੈ ਨਾ ਪੜ੍ਹਨੀ ਆਉਂਦੀ ਹੈ, ਬਸ ਪੰਜਾਬ ਦੇ ਵਾਰਸ ਬਣਨਾ। ਆਹੀ ਹਾਲ ਇੱਥੇ ਵਾਲੇ ਨੇ, ਹਰਿਆਣੇ ਵਾਲੇ ਨੇ। ਅਸੀਂ ਹਰਿਆਣੇ ਤੋਂ ਕਿੱਥੋਂ ਯਾਰ, ਤੁਸੀਂ ਆਮ ਬੰਦਿਆਂ ਦੇ ਨਾਲ ਕਿੱਥੋਂ ਤੁਸੀਂ ਆ ਗਏ? ਆਹੀ ਫਰਕ ਹੈ ਪੰਜਾਬ ਦਾ, ਹਰਿਆਣੇ ਦਾ ਅਤੇ ਦਿੱਲੀ ਦਾ। ਹੁਣ ਇਕੱਲਾ ਵਿਚਾਲੇ ਹਰਿਆਣਾ ਰਹਿ ਗਿਆ, ਇਹ ਰੰਗ ਵੀ ਹੁਣ ਭਰ ਦਿਓ ਅਤੇ ਆਪਣਾ ਦਿੱਲੀ, ਹਰਿਆਣਾ, ਪੰਜਾਬ ਇੱਕ ਬਹੁਤ ਵੱਡੀ ਟੈਰੀਟਰੀ ਜਿਹੜੀ ਨੌਰਥ ਇੰਡੀਆ ਦੀ, ਆਮ ਆਦਮੀ ਪਾਰਟੀ ਕੋਲ ਆ ਜਾਊਗੀ, ਤੁਹਾਡੇ ਕੋਲ ਆ ਜਾਊਗੀ, ਤੁਹਾਡੇ ਦੇਸ਼ ਦੇ ਵਿੱਚ ਤੁਹਾਡੀ ਚੱਲਣ ਲੱਗ ਜਾਊਗੀ ਪੂਰੇ ਦੇਸ਼ 'ਚ।